ਮਲੇਰਕੋਟਲਾ ਵਿਖੇ ਇੱਕ ਪਤੀ ਨੂੰ ਨਸ਼ੇ ਤੋਂ ਰੋਕਣ ਦਾ ਖਮਿਆਜਾ ਉਸ ਦੀ ਪਤਨੀ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ। ਮਲੇਰਕੋਟਲਾ ਵਿੱਚ ਰਹਿ ਰਹੀ ਸੁਨੀਤਾ ਜੋ ਕਿ ਆਪਣੇ ਪਤੀ ਨੂੰ ਨਸ਼ੇ ਤੋਂ ਰੋਕਦੀ ਸੀ ਕਿਉਂਕਿ ਘਰ ਵਿੱਚ ਨਸ਼ੇ ਕਾਰਨ ਅਕਸਰ ਹੀ ਕਲੇਸ਼ ਰਹਿੰਦਾ ਸੀ। ਪਤਨੀ ਵੱਲੋਂ ਰੋਕਣ ਉੱਤੇ ਪਤੀ ਨੇ ਉਸ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਜਿੱਥੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ, ਪਰ ਉੱਧਰ ਮ੍ਰਿਤਕ ਦਾ ਪਤੀ ਘਟਨਾ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਫੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਭੁੰਸੀ ਏਰੀਏ ਦੇ ਵਿੱਚ ਦੋ ਯੂਪੀ ਏਰੀਏ ਦੇ ਗੋਂਡਾ ਡਿਸਟ੍ਰਿਕਟ ਦੇ ਸੀ ਆਰ ਆਮ ਸੀ ਅਤੇ ਉਹਦੀ ਵਾਈਫ ਇੱਥੇ ਰੀਨਾ ਰਹਿੰਦੇ ਸੀ। ਉਹ ਪਹਿਲਾਂ 5 ਤਰੀਕ ਨੂੰ ਇੱਥੇ ਸ਼ਿਫਟ ਕੀਤੇ ਸੀਗੇ, ਉਦੋਂ ਬਾਅਦ ਉਹ ਪਿੰਡ ਚਲੇ ਗਏ ਸੀ। ਕੱਲ੍ਹ ਹੀ ਉਹ ਇੱਥੇ ਵਾਪਸ ਆਏ ਨੇ, ਉਹਨਾਂ ਦੇ 'ਚ ਕੋਈ ਮੀਆਂ ਬੀਬੀ 'ਚ ਆਪਸ 'ਚ ਕੋਈ ਡਿਸਪਿਊਟ ਸੀਗਾ, ਅਤੇ ਜੋ ਇੱਥੋਂ ਪਤਾ ਲੱਗਿਆ ਹਾਲਾਤ ਦੇ ਮੁਤਾਬਕ ਅਤੇ ਉਹਨੇ ਵੀ ਉਹਨੇ ਸੀ ਆਰ ਆਮ ਨੇ ਆਪਣੀ ਵਾਈਫ ਨੂੰ ਗਲਾ ਘੁੱਟ ਕੇ ਮਾਰਤਾ। ਇਨਵੈਸਟੀਗੇਸ਼ਨ ਜਾਰੀ ਹੈ, ਜਲਦੀ ਅਕਿਊਜ਼ਡ ਫੜ ਲਾਂਗੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।